ਕਿ ਚਾਈਨਾ ਨੇ ਸੱਚਮੁੱਚ ਕੋਰੋਨਾ ਵਾਇਰਸ ਦੀ ਦਵਾਈ ਬਣਾ ਲਈ ਹੈ? ਕੀ ਤੁਸੀਂ ਕਦੇ ਅਜਿਹਾ ਸੋਚਿਆ ਹੈ ਕਿ ਚਾਈਨਾ ਦੇ ਦੂਸਰੇ ਸ਼ਹਿਰਾਂ ਦੇ ਵਿੱਚ ਇਹ ਵਾਇਰਸ ਕਿਉਂ ਨਹੀਂ ਫੈਲਿਆ? ਚਾਈਨਾ ਦੁਨੀਆ ਤੋਂ ਕੀ ਲੁਕੋ ਰਿਹਾ ਹੈ ਤੇ ਚਾਈਨਾ ਨੇ ਇਹ ਸਭ ਖੇਲ ਕਿਉਂ ਖੇਲਿਆ? ਚਾਈਨਾ ਫੇਸਬੁੱਕ, ਵਟਸਐਪ, ਯੂਟਿਊਬ, ਟਵਿੱਟਰ ਆਪਣੇ ਦੇਸ਼ ਵਿੱਚ ਕਿਉਂ ਨਹੀਂ ਚੱਲਣ ਦਿੰਦਾ? ਚਾਈਨਾ ਦੇ ਜ਼ਿਆਦਾਤਰ ਅਖਬਾਰ ਉਸਦੀ ਆਪਣੀ ਲੈਂਗੁਏਜ ਚਾਈਨੀਜ਼ ਦੇ ਵਿੱਚ ਹੀ ਕਿਉਂ ਛਪਦੇ ਨੇ? ਅਜਿਹੇ ਜੀਵੋ ਗਰੀਬ ਚਾਈਨਾ ਨਾਲ ਜੁੜਦੇ ਅਤੇ ਕੋਰੋਨਾ ਵਾਇਰਸ ਨਾਲ ਜੁੜਦੇ ਫੈਕਟ ਜਾਣਨ ਲਈ ਜੁੜੇ ਰਹੋ ਮੇਰੇ ਨਾਲ। ਮੈਂ ਹਾਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਜਿਉ ਟੀਵੀ। ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਕਿਉਂਕਿ ਮੈਂ ਤਾਂ ਨੌਰੇ ਵਾਲੀਆਂ ਵੀਡੀਓ ਹੀ ਅਪਲੋਡ ਕਰਦਾ ਰਹਿਣਾ ਹਾਂ। ਜੋ ਅੱਜ ਕੱਲ੍ਹ ਚਾਈਨਾ ਵਾਇਰਸ ਦਾ ਰੌਲਾ ਪਿਆ ਹੋਏ ਉਸਦੇ ਪਿੱਛੇ ਕਈ ਥਿਊਰੀਆਂ ਕੰਮ ਕਰ ਰਹੀਆਂ ਨੇ। ਇੱਕ ਥਿਊਰੀ ਇਹ ਵੀ ਕੰਮ ਕਰ ਰਹੀ ਹੈ ਕਿ ਜਿਹੜਾ ਇਹ ਵਾਇਰਸ ਹੈ ਇਹ ਚਾਈਨਾ ਨੇ ਹੀ ਫੈਲਾਇਆ ਹੈ, ਚਾਈਨਾ ਨੇ ਹੀ ਇਸ ਨੂੰ ਤਿਆਰ ਕੀਤਾ ਹੈ, ਤੇ ਇਸ ਦੇ ਬਾਰੇ ਅੱਜ ਮੈਂ ਤੁਹਾਡੇ ਨਾਲ ਹੋਰ ਗੱਲਾਂ ਸਾਂਝੀਆਂ ਕਰੂੰਗਾ। ਭਾਰਤ ਦੇ ਵਿੱਚ ਹਰ ਸਾਲ 4 to 5 lakh ਲੋਕ ਟਿਊਬਰਕਲੋਸਿਸ ਨਾਮ ਦੀ ਬਿਮਾਰੀ ਤੋਂ ਮਾਰੇ ਜਾਂਦੇ ਨੇ। ਮਲੇਰੀਆ ਦੇ ਨਾਲ 2 lakh ਲੋਕ ਮਾਰੇ ਜਾਂਦੇ ਨੇ। ਹੈਪੇਟਾਈਟਸ, ਜੋ ਇੱਕ ਤਰ੍ਹਾਂ ਦਾ ਵਾਇਰਸ ਹੀ ਹੈ, ਉਸ ਨਾਲ ਹਰ ਸਾਲ 75,000 ਲੋਕ ਭਾਰਤ ਦੇ ਵਿੱਚ ਮਾਰੇ ਜਾਂਦੇ ਨੇ। ਤਾਂ ਫਿਰ ਇੰਨਾ ਜ਼ਿਆਦਾ ਹੱਲਾ ਕਿਉਂ ਹੈ, ਇੰਨਾ ਜ਼ਿਆਦਾ ਰੌਲਾ ਰੱਪਾ ਕੋਰੋਨਾ ਵਾਇਰਸ ਕਰਕੇ ਕਿਉਂ ਪਾਇਆ ਜਾ ਰਿਹਾ ਹੈ? ਦੁਨੀਆ ਦੇ ਵਿੱਚ ਇੰਨਾ ਜ਼ਿਆਦਾ ਡਰ ਦਾ ਮਾਹੌਲ ਕਿਉਂ ਹੈ? ਕਿਉਂ ਇਹ ਦੁਨੀਆ ਦੀ ਰਫ਼ਤਾਰ ਇੱਕਦਮ ਰੁਕ ਗਈ ਹੈ? ਇਹ ਸਾਰੇ ਸਵਾਲਾਂ ਦੇ ਜਵਾਬ ਮੈਂ ਤੁਹਾਨੂੰ ਨਹੀਂ ਦਊਂਗਾ, ਪਰ ਮੈਂ ਤੁਹਾਨੂੰ ਕੁਝ ਸੁਰਾਗ ਦਊਂਗਾ ਜਿਸ ਦੇ ਨਾਲ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਦੇ ਪਿੱਛੇ ਅਸਲ ਕਾਰਨ ਕੀ ਹੈ। ਖੇਲ ਸ਼ੁਰੂ ਹੋਇਆ ਚੀਨ ਤੋਂ। ਜਿਹੜਾ ਚੀਨ ਹੈ ਉਹ ਆਪਣੇ ਆਪ ਨੂੰ ਹਮੇਸ਼ਾ ਲਕਾ ਕੇ ਰੱਖਦਾ ਹੈ, ਇੱਥੋਂ ਤੱਕ ਕਿ ਗੂਗਲ, ਫੇਸਬੁੱਕ ਵੀ ਆਪਣੇ ਦੇਸ਼ ਵਿੱਚ ਨਹੀਂ ਚੱਲਣ ਦਿੰਦਾ। ਚੀਨ ਹਮੇਸ਼ਾ ਆਪਣੇ ਅੰਦਰਲੇ ਮਾਮਲਿਆਂ ਨੂੰ ਲੁਕੋ ਕੇ ਰੱਖਦਾ ਹੈ। ਦੁਨੀਆ ਭਰ ਦੇ ਵਿੱਚ ਕੁਝ ਵੀ ਇੰਟਰਨੈਟ ਤੇ ਸਰਚ ਕਰਨ ਲਈ ਲੋਕ ਗੂਗਲ ਕਰੋਮ ਨੂੰ ਵਰਤਦੇ ਨੇ, ਪਰ ਚਾਈਨਾ ਆਪਣੇ ਹੀ ਬਣਾਏ ਹੋਏ ਬ੍ਰਾਊਜ਼ਰ ਨੂੰ ਵਰਤਦਾ ਹੈ। ਹੈਰਾਨੀ ਦੀ ਗੱਲ ਇੱਥੇ ਇਹ ਵੀ ਹੈ ਕਿ ਜਿੱਥੇ ਦੁਨੀਆ ਦੇ 1.75 billion ਲੋਕ ਅੱਜ ਵੀ ਵਟਸਐਪ ਨੂੰ ਵਰਤਦੇ ਨੇ, ਉੱਥੇ ਹੀ ਚਾਈਨਾ ਆਪਣੇ ਬਣਾਏ ਹੋਏ WeChat ਨੂੰ ਵਰਤਦਾ ਹੈ, ਉੱਥੇ ਵਟਸਐਪ ਵੀ ਨਹੀਂ ਚੱਲਦਾ ਹੈ। ਚਾਈਨਾ ਨੇ ਇਸ ਨੂੰ ਟੱਕਰ ਦੇਣ ਲਈ alibaba.com ਨਾਂ ਦੀ ਇੱਕ ਸਾਈਟ ਵੀ ਬਣਾ ਦਿੱਤੀ, ਤੇ ਇਹ ਉਹੀ ਅਲੀਬਾਬਾ ਸਾਈਟ ਹੈ ਜੋ ਅੱਜ ਪੂਰੀ ਦੁਨੀਆ ਦੇ ਵਿੱਚ ਮਾਸਕ ਵੇਚ ਰਹੀ ਹੈ। ਇੱਥੋਂ ਤੱਕ ਕਿ ਚਾਈਨਾ ਨੇ ਆਪਣੇ ਦੇਸ਼ ਦੇ ਵਿੱਚ ਜੀਮੇਲ ਤੱਕ ਨੂੰ ਨਹੀਂ ਚੱਲਣ ਦਿੱਤਾ, ਉੱਥੇ ਮੈਸੇਜ ਭੇਜਣ ਜਾਂ ਫਾਈਲ ਭੇਜਣ ਲਈ ਅੱਜ ਵੀ qq.com ਨੂੰ ਵਰਤਿਆ ਜਾਂਦਾ ਹੈ। ਜਿੱਥੇ ਇੱਕ ਦੂਜੇ ਨਾਲ ਜੁੜਨ ਲਈ ਅੱਜ ਪੂਰੀ ਦੁਨੀਆ ਫੇਸਬੁੱਕ ਨੂੰ ਚਲਾਉਂਦੀ ਹੈ, ਉੱਥੇ ਹੀ ਚਾਈਨਾ ਦੇ ਵਿੱਚ ਰੇਨ ਨਾਂ ਦੀ ਐਪ ਨੂੰ ਵਰਤਿਆ ਜਾਂਦਾ ਹੈ। ਟਵਿੱਟਰ ਦੀ ਜਗ੍ਹਾ ਉੱਥੇ vibo.com ਨੂੰ ਵਰਤਿਆ ਜਾਂਦਾ ਹੈ। ਜਿੱਥੇ ਪੂਰੀ ਦੁਨੀਆ ਦੇ ਵਿੱਚ ਲੋਕ ਅੱਜ ਵੀ ਔਨਲਾਈਨ ਵੀਡੀਓ ਦੇਖਣ ਲਈ YouTube ਨੂੰ ਚਲਾਉਂਦੇ ਨੇ, ਉੱਥੇ ਹੀ ਚਾਈਨਾ ਦੇ ਵਿੱਚ ਚਾਈਨਾ ਨੇ ਔਨਲਾਈਨ ਵੀਡੀਓ ਦੇਖਣ ਲਈ ਆਪਣਾ ਇੱਕ ਨਵਾਂ YouTube ਦਾ ਵਰਜ਼ਨ ਬਣਾ ਦਿੱਤਾ ਹੈ। ਇੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਓਪੋ ਅਤੇ ਵੀਵੋ ਨੂੰ ਭਾਰਤ ਦੇ ਵਿੱਚ ਲਾਂਚ ਕਰਨ ਵਾਲਾ ਵੀ ਚਾਈਨਾ ਹੀ ਹੈ। ਇਹ ਦੋਨੇ ਚਾਈਨਾ ਦੀਆਂ ਕੰਪਨੀਆਂ ਨੇ। ਇਹ ਦੇਸ਼ ਆਪਣੇ ਆਪ ਨੂੰ ਬਿਲਕੁਲ ਲੁਕੋ ਕੇ ਰੱਖਦਾ ਹੈ। ਇਸ ਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ ਤਾਂ ਕਿ ਕਿਸੇ ਨੂੰ ਪਤਾ ਨਹੀਂ ਚੱਲ ਸਕੇ ਕਿ ਚੀਨ ਦੇ ਅੰਦਰ ਹੋ ਕੀ ਰਿਹਾ ਹੈ। ਚੀਨ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਸੀਕਰਟ ਰੱਖਦਾ ਹੈ, ਪਰ ਇਸ ਸਾਲ ਜਨਵਰੀ ਦੇ ਵਿੱਚ ਚਾਈਨਾ ਨੇ ਖੁਦ ਵੀਡੀਓ ਬਣਾ ਕੇ ਪੂਰੀ ਦੁਨੀਆ ਦੇ ਸਾਹਮਣੇ ਦੱਸ ਦਿੱਤਾ ਕਿ ਸਾਡੇ ਦੇਸ਼ ਦੇ ਵਿੱਚ ਕੋਰੋਨਾ ਫੈਲ ਚੁੱਕਿਆ ਹੈ। ਪਰ ਕਿਉਂ ਉਸਨੇ ਅਜਿਹਾ ਕਿਉਂ ਕੀਤਾ? ਕਿਉਂ ਆਪਣੇ ਆਪ ਦੀਆਂ ਅੰਦਰੂਨੀ ਗੱਲਾਂ ਦੁਨੀਆ ਦੇ ਸਾਹਮਣੇ ਪੇਸ਼ ਕੀਤੀਆਂ? ਖਾਸ ਕਰ ਇਹ ਸਭ ਕੁਝ ਉਹ ਦੇਸ਼ ਕਰ ਰਿਹਾ ਸੀ ਜਿਸ ਦੀ ਛੋਟੀ ਤੋਂ ਛੋਟੀ ਗੱਲ ਵੀ ਉਸਦੇ ਦੇਸ਼ ਤੋਂ ਬਾਹਰ ਨਹੀਂ ਜਾਂਦੀ। ਜੇਕਰ ਤੁਸੀਂ ਚਾਈਨਾ ਦੇ ਨਿਊਜ਼ ਪੇਪਰ ਵੀ ਦੇਖਣ ਤਾਂ ਉਹ ਚਾਈਨੀਜ਼ ਭਾਸ਼ਾ ਦੇ ਵਿੱਚ ਹੁੰਦੇ ਨੇ। ਚਾਈਨਾ ਇੱਥੋਂ ਤੱਕ ਵੀ ਆਪਣਾ ਵਿਚਾਰ ਰੱਖਦਾ ਹੈ ਕਿ ਉਹਨਾਂ ਦੀ ਟੈਕਨੋਲੋਜੀ ਅਤੇ ਰਿਸਰਚ ਦੂਜੇ ਦੇਸ਼ ਦੇ ਮੀਡੀਆ ਤੱਕ ਨਾ ਕਿਤੇ ਆਸਾਨੀ ਨਾਲ ਪਹੁੰਚ ਜਾਵੇ। ਉੱਥੇ ਹੀ ਉਹ ਦੇਸ਼ ਆਪਣੇ ਇੱਕ ਇੱਕ ਵੀਡੀਓ ਨੂੰ ਉਹ ਵੀ HD ਦੇ ਵਿੱਚ ਸ਼ੂਟ ਕਰਕੇ ਪੂਰੀ ਦੁਨੀਆ ਨੂੰ ਦਿਖਾ ਰਿਹਾ ਹੈ ਕਿ ਉਹਨਾਂ ਦੇ ਵੁਹਾਨ ਸ਼ਹਿਰ ਦੇ ਵਿੱਚ ਕੋਰੋਨਾ ਨੇ ਕਹਿਰ ਢਾ ਦਿੱਤਾ ਹੈ। ਇਹ ਤਾਂ ਰਹੀ ਪਹਿਲੀ ਗੱਲ। ਦੂਜੀ ਗੱਲ ਇਹ, ਹੁਣ ਤੁਸੀਂ ਸੁਣਦੇ ਹੀ ਹੋਵੋਗੇ ਕਿ ਚਾਈਨਾ ਦੇ ਵਿੱਚ ਹੁਣ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਨਾਲ ਗਾਇਬ ਹੋ ਗਿਆ ਹੈ। ਵੁਹਾਨ ਸ਼ਹਿਰ ਫਿਰ ਤੋਂ ਪਹਿਲਾਂ ਦੀ ਤਰ੍ਹਾਂ ਚੱਲ ਪਿਆ ਹੈ ਜੋ ਕਿ ਕੋਰੋਨਾ ਦਾ ਗੜ੍ਹ ਸੀ। ਜੋ ਲੋਕ ਇਸ ਤੋਂ ਬਿਮਾਰ ਸਨ ਉਹ ਠੀਕ ਹੋ ਰਹੇ ਨੇ ਤੇ ਵਾਪਸ ਆਪਣੇ ਕੰਮ ਤੇ ਜਾ ਰਹੇ ਨੇ। ਤਾਂ ਫਿਰ ਇਹ ਗਾਇਬ ਕਿਵੇਂ ਹੋਇਆ? ਕਿਵੇਂ ਉੱਥੇ ਇੱਕਦਮ ਮਰਨ ਵਾਲਿਆਂ ਦੀ ਸੰਖਿਆ 0 ਹੋ ਗਈ? ਚਾਈਨਾ ਨੇ ਅਜੇ ਕੀ ਕੀਤਾ? ਉਹ ਹੋਰ ਦੇਸ਼ਾਂ ਨੂੰ ਵੀ ਦੱਸ ਸਕਦੇ ਨੇ ਤਾਂ ਕਿ ਉੱਥੇ ਹੋਣ ਵਾਲੀਆਂ ਮੌਤਾਂ ਜਾਂ ਉੱਥੇ ਹੋਣ ਵਾਲੇ ਇਨਫੈਕਟਡ ਲੋਕਾਂ ਨੂੰ ਬਚਾਇਆ ਜਾ ਸਕੇ। ਜੇਕਰ ਇਹਨਾਂ ਗੱਲਾਂ ਦੀ ਆਪਾਂ ਡੂੰਘਾਈ ਦੇ ਵਿੱਚ ਜਾਈਏ ਤਾਂ ਆਪਾਂ ਨੂੰ ਸੁਰਾਗ ਮਿਲੇਗਾ ਕਿ ਹੁਣੇ ਭਾਰਤ ਦੇ ਵਿੱਚ ਜਿਵੇਂ ਲੌਕਡਾਊਨ ਹੋਇਆ ਹੈ,
ਤੇ ਸਾਰੀ ਦੁਨੀਆ ਦੇ ਵਿੱਚ ਜੋ ਲੋਕਡਾਊਨ ਹੋਇਆ ਹੈ ਇਸ ਦਾ ਮਤਲਬ ਕੀ ਹੈ। ਇੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਇਹ ਜੋ ਡਰ ਹੈ ਇਹ ਤੁਹਾਡੇ ਚਾਈਨਾ ਦੇ ਮਨਾਂ ਵਿੱਚ ਪਾਇਆ ਹੈ। ਜਦੋਂ ਇੱਕ ਪ੍ਰਸਿੱਧ ਪੱਤਰਕਾਰ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਕਰੋਨਾ ਵਾਇਰਸ ਕੀ ਸੱਚੀ ਚਾਈਨਾ ਦੀ ਸਾਜ਼ਿਸ਼ ਹੈ ਤਾਂ ਉਸਨੇ ਕਿਹਾ ਕਿ ਚਾਈਨਾ ਨੇ ਸਭ ਤੋਂ ਪਹਿਲਾਂ ਕਰੋਨਾ ਵਾਇਰਸ ਦੀ ਦਵਾਈ ਬਣਾ ਲਈ ਸੀ, ਜਾਣੀ ਕਿ ਉਸਦੀ ਵੈਕਸੀਨ ਤਿਆਰ ਕਰ ਲਈ ਸੀ, ਤੇ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਕਰੋਨਾ ਨੂੰ ਫੈਲਾ ਦਿੱਤਾ ਤੇ ਇਹ ਦਵਾਈ ਉਦੋਂ ਤੱਕ ਆਪਣੀ ਫਰਿੱਜਾਂ ਦੇ ਵਿੱਚ ਰੱਖੀ ਜਦੋਂ ਤੱਕ ਦੁਨੀਆ ਦੀ ਅਰਥ ਵਿਵਸਥਾ ਮੂਧੇ ਮੂੰਹ ਨਹੀਂ ਡਿੱਗੀ। ਚੀਨ ਜੋ ਕਿ ਪੂਰੀ ਦੁਨੀਆ ਦੇ ਇਨਵੈਸਟਰ ਦਾ ਹੱਬ ਬਣ ਚੁੱਕਿਆ ਸੀ, ਮਾਹਰਾਂ ਦੀ ਗੱਲ ਮੰਨੀਏ ਤਾਂ ਜਦੋਂ ਚੀਨ ਨੇ ਵੁਹਾਨ ਸ਼ਹਿਰ ਦੇ ਵਿੱਚ ਇਸ ਵਾਇਰਸ ਨੂੰ ਛੱਡਿਆ ਤਾਂ ਉੱਥੇ ਮੌਤਾਂ ਦੀ ਗਿਣਤੀ ਜਦੋਂ ਦਿਨ ਪੋ ਦਿਨ ਵਧਣ ਲੱਗੀ ਤਾਂ ਉੱਥੋਂ ਡਰ ਦੇ ਮਾਰੇ ਭੱਜ ਰਹੇ ਇਨਵੈਸਟਰਾਂ ਦੇ ਸ਼ੇਅਰਾਂ ਨੂੰ ਚਾਈਨਾ ਨੇ ਕੌਡੀਆਂ ਦੇ ਭਾਅ ਖਰੀਦ ਲਿਆ ਤੇ ਉਹ ਵਿਦੇਸ਼ੀ ਵਪਾਰੀ ਆਪਣੀ ਪੂੰਜੀ ਛੱਡ ਕੇ ਭੱਜ ਗਏ। ਤਾਂ ਉਸ ਤੋਂ ਬਾਅਦ ਚੀਨ ਨੇ ਆਪਣੇ ਵੱਲੋਂ ਪਹਿਲਾਂ ਤਿਆਰ ਕਰਕੇ ਰੱਖੀ ਗਈ ਕਰੋਨਾ ਵੈਕਸੀਨ ਜਾਣੀ ਕਿ ਕਰੋਨਾ ਦੀ ਦਵਾਈ ਨੂੰ ਬਾਹਰ ਕੱਢਿਆ ਤੇ 2-4 ਦਿਨਾਂ ਦੇ ਵਿੱਚ ਹੀ ਚੀਨ ਦੇ ਵਿੱਚ ਹੋ ਰਹੀਆਂ ਮੌਤਾਂ ਨੂੰ ਰੋਕ ਦਿੱਤਾ। ਇਸ ਯੁੱਧ ਦੇ ਵਿੱਚ ਚੀਨ ਨੇ ਕੁਝ ਕੁ ਆਪਣੇ ਲੋਕ ਤਾਂ ਜ਼ਰੂਰ ਖੋਏ ਪਰ ਉਸਨੇ ਦੁਨੀਆ ਦੀ ਦੌਲਤ ਨੂੰ ਲੁੱਟ ਲਿਆ। ਤੇ ਅੱਜ ਹਾਲਾਤ ਇਹ ਨੇ ਕਿ ਚਾਈਨਾ ਦੇ ਵਿੱਚ ਇੱਕ ਵੀ ਮੌਤ ਕਰੋਨਾ ਨਾਲ ਨਹੀਂ ਹੋਈ ਤੇ ਉੱਥੇ ਇੱਕ ਵੀ ਕਰੋਨਾ ਦੇ ਮਰੀਜ਼ ਦੀ ਸੰਖਿਆ ਵਿੱਚ ਵਾਧਾ ਨਹੀਂ ਹੋਇਆ। ਚਾਈਨਾ ਤੋਂ ਬਿਨਾਂ ਅੱਜ ਇਹ ਵਾਇਰਸ ਪੂਰੀ ਦੁਨੀਆ ਦੇ ਵਿੱਚ ਕਾਲ ਬਣ ਕੇ ਘੁੰਮ ਰਿਹਾ ਹੈ। ਹੈਰਾਨੀ ਦੀ ਗੱਲ ਤੁਸੀਂ ਇਹ ਵੀ ਦੇਖੋ ਕਿ ਉਹਨਾਂ ਸਾਰੇ ਦੇਸ਼ਾਂ ਅਤੇ ਸ਼ਹਿਰਾਂ ਦਾ ਲੱਕ ਟੁੱਟ ਗਿਆ ਜਿੱਥੇ ਚਾਈਨੀਜ਼ ਨਾਗਰਿਕ ਖਰਚ ਕਰਦੇ ਸਨ। ਅੱਜ ਹਰ ਦੇਸ਼ ਆਪਣੀ ਆਰਥਿਕ ਵਿਵਸਥਾ ਨੂੰ ਧਰਤੀ ਵਿੱਚ ਧੱਸਦੇ ਦੇਖ ਰਿਹਾ ਹੈ ਤੇ ਕੁਝ ਵੀ ਨਹੀਂ ਕਰ ਸਕਦਾ। ਤੇ ਉੱਥੇ ਹੀ 17 ਮਾਰਚ ਤੋਂ ਚੀਨ ਦੀ ਅਰਥ ਵਿਵਸਥਾ ਦਿਨ ਪੋ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ। ਇਹ ਇੱਕ ਆਰਥਿਕ ਯੁੱਧ ਸੀ ਜਿਸ ਨੂੰ ਚੀਨ ਜਿੱਤ ਚੁੱਕਿਆ ਹੈ। ਵੁਹਾਨ ਸ਼ਹਿਰ ਤੋਂ ਸ਼ੰਘਾਈ ਸ਼ਹਿਰ ਜੋ ਹੈ ਉਸਦੇ ਦੋਨਾਂ ਦੇ ਵਿੱਚ ਕੁੱਲ ਦੂਰੀ 839 ਕਿਲੋਮੀਟਰ ਦੀ ਹੈ। ਵੁਹਾਨ ਤੋਂ ਬੀਜਿੰਗ 1152 ਕਿਲੋਮੀਟਰ ਹੈ। ਵੁਹਾਨ ਤੋਂ ਮਿਲਾਨ ਇਟਲੀ ਦਾ ਉਹ ਸ਼ਹਿਰ ਜਿੱਥੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਮੌਤਾਂ ਹੋਈਆਂ ਉਹ ਉੱਥੋਂ 15,000 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਵੁਹਾਨ ਤੋਂ ਅਮਰੀਕਾ ਜਾਣੀ ਕਿ ਨਿਊਯਾਰਕ 15,000 ਕਿਲੋਮੀਟਰ ਦੀ ਦੂਰੀ 'ਤੇ ਹੈ। ਬੀਜਿੰਗ ਅਤੇ ਸ਼ੰਘਾਈ ਦੇ ਵਿੱਚ ਕਰੋਨਾ ਦਾ ਕੋਈ ਵੀ ਅਸਰ ਦੇਖਣ ਨੂੰ ਨਹੀਂ ਮਿਲਿਆ। ਇਟਲੀ, ਯੂਰਪ, ਇਰਾਨ ਅਤੇ ਅਮਰੀਕਾ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਹੈ। ਪੂਰੀ ਦੁਨੀਆ ਦੀ ਆਰਥਿਕ ਵਿਵਸਥਾ ਬਿਲਕੁਲ ਬਰਬਾਦ ਹੋ ਗਈ ਹੈ ਅਤੇ ਚਾਈਨਾ ਦੇ ਸਾਰੇ ਵਪਾਰਕ ਅਧਾਰੇ ਸੁਰੱਖਿਅਤ ਹਨ। ਇੱਥੋਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਕੁਝ ਤਾਂ ਗੜਬੜ ਹੈ। ਇਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਅਤੇ ਤੁਹਾਨੂੰ ਇਹ ਥਿਊਰੀ ਕਿੱਦਾਂ ਹੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਜੇਕਰ ਸਾਡੇ ਫੇਸਬੁੱਕ ਪੇਜ 'ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਫੋਲੋ ਜ਼ਰੂਰ ਕਰਨਾ। ਧੰਨਵਾਦ।